ਮਾਮਲੀ ਗੱਲ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਨੇ ਤੇ ਦੋਵਾਂ ਧਿਰਾਂ ਨੇ ਇੱਕ ਦੂਜੇ ਦੇ ਉੱਤੇ ਹਮਲਾ ਕਰ ਦਿੱਤਾ। ਹਾਲਾਂਕਿ ਇੱਕ ਧਿਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਦੂਸਰੀ ਧਿਰ ਦੇ ਮੈਂਬਰ ਜੋ ਨੇ ਉਹਨਾਂ ਨੂੰ ਫੋਨ ਕਰਕੇ ਅਕਸਰ ਡਰਾਉਂਦੇ ਧਮਕਾਉਂਦੇ ਰਹਿੰਦੇ ਸੀ ਤੇ ਜਦੋਂ ਉਹਨਾਂ ਨੇ ਆ ਕੇ ਕਿਸੇ ਇੱਕ ਥਾਂ ਦੇ ਉੱਤੇ ਬੈਠ ਕੇ ਗੱਲ ਕਰਨ ਦੇ ਲਈ ਬੁਲਾਇਆ ਤਾਂ ਉੱਥੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਤਾਂ ਦੱਸ ਦਈਏ ਕਿ ਦੋਵਾਂ ਧਿਰਾਂ ਦੇ 3 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ। ਤਾਂ ਖਬਰ ਨੰਗਲ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਮਾਮੂਲੀ ਗੱਲ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ ਨੇ। ਹਾਲਾਂਕਿ ਕਿਹਾ ਜਾ ਰਿਹਾ ਕਿ ਇਸ ਦੌਰਾਨ ਇੱਕ ਫਾਇਰ ਵੀ ਚੱਲਿਆ ਜਿਸ ਦੀ ਹਾਲੇ ਪੁਸ਼ਟੀ ਨਹੀਂ ਹੋ ਸਕੀ ਹੈ, ਪਰ ਮੌਕੇ ਦੇ ਉੱਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਮਾਮੂਲੀ ਗੱਲ ਨੂੰ ਲੈ ਕੇ ਲਗਾਤਾਰ ਰੰਜਿਸ਼ ਚੱਲੀ ਆ ਰਹੀ ਸੀ। ਰੰਜਿਸ਼ ਦੇ ਚੱਲਦਿਆਂ ਹੀ ਇੱਕ ਦੂਜੇ ਨੂੰ ਫੋਨ ਦੇ ਉੱਤੇ ਅਕਸਰ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਤੇ ਜਦੋਂ ਇੱਕ ਧਿਰ ਨੇ ਇੱਕ ਗਰਾਊਂਡ ਦੇ ਵਿੱਚ ਉਹਨਾਂ ਨੂੰ ਬੁਲਾਇਆ ਕਿ ਆ ਕੇ ਉੱਥੇ ਬੈਠ ਕੇ ਸਾਰਾ ਮਸਲਾ ਹੱਲ ਕੀਤਾ ਜਾਵੇ, ਤਾਂ ਉੱਥੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਦੇ ਵਿਚਕਾਰ ਬਹਿਸ ਹੋ ਗਈ। ਬਹਿਸ ਤੋਂ ਬਾਅਦ ਨੌਬਤ ਇੱਕ ਦੂਜੇ ਦੇ ਉੱਤੇ ਹੱਥ ਚੁੱਕਣ ਦੀ ਆ ਜਾਂਦੀ ਹੈ, ਲਾਠੀ ਡੰਡਿਆਂ ਦੇ ਨਾਲ ਇੱਕ ਦੂਜੇ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਤੇ ਇਸੇ ਦੌਰਾਨ ਕਿਹਾ ਜਾ ਰਿਹਾ ਕਿ ਇੱਕ ਨੌਜਵਾਨ ਦੇ ਵੱਲੋਂ ਫਾਇਰ ਵੀ ਚਲਾਇਆ ਗਿਆ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ, ਪਰ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਗੱਲਬਾਤ ਹੋਣੀ ਪਹਿਲਾਂ ਸਾਡੇ ਮਗਰ ਪਏ, ਅਸੀਂ ਲੰਘ ਗਏ ਭੋਰ ਸਾਹਿਬ ਨੂੰ, ਅਸੀਂ ਉੱਥੇ ਸਾਈਡ ਤੇ ਖੜ ਗਏ। ਬਾਅਦ ਚ ਫੋਨ ਕੀਤਾ ਵੀ ਗੱਲ ਕੇ ਆਏ ਤਾਂ ਕਹਿੰਦੇ ਵੀ ਇੱਦਾਂ ਭੋਰ ਸਾਹਿਬ ਨੂੰ ਆਏ ਵੀ ਗੱਲ ਮੁਕਾ ਲੈਂਦੇ ਆਪਾਂ, ਇੱਦਾਂ ਨਾਲ ਦੇ ਮੁੰਡੇ ਦੀ ਗੱਲ ਦੀ ਜੀ। ਤਾਂ ਅਸੀਂ ਉੱਥੇ ਗਏ, ਉਹ ਸਾਡੇ ਵੱਲੋਂ ਸਿੱਧੇ ਬਹਿ ਗਏ ਵੀ ਖੰਡੇ ਕਿਰਪਾਨਾਂ ਨਾਲ ਸਾਡੇ ਫਿਰ ਇੱਦਾਂ ਵੀ ਲੜਾਈ ਲੜੋਈ ਹੋਈ ਗਈ। ਕਿੰਨੇ ਨੌਜਵਾਨ ਜ਼ਖਮੀ ਹੋਏ ਤੁਹਾਡੇ? ਸਾਡੇ ਦੋ ਹੀ ਹੋਏ, ਮੈਂ ਤੇ ਮੇਰਾ ਦੋਸਤ। ਦੋ ਜਣੇ ਤਾਂ ਗੱਲ ਮੁਕਾਣ ਗਏ ਤੇ ਸਾਨੂੰ ਕੁਛ ਪਤਾ ਵੀ ਨਹੀਂ ਹੈ ਸਾਡੇ ਕੋਲ ਨਾਲੇ ਕਿੱਥੇ ਆਉਣਾ ਡਿਊਟੀ ਚੱਲੇ ਵੀ ਉੱਥੇ ਸਾਰੀ ਏਅਰਫੋਰਸ ਲੱਗਦੀ ਅੰਦਰ ਸਾਰੀ, ਅਸੀਂ ਕਿੱਥੇ ਇੱਦਾਂ ਦੀ ਚੀਜ਼ਾਂ ਚੱਕਣੀਆਂ ਜੀ। ਉਹਨੇ ਸਾਡੇ ਪਰ ਕੀਤਾ, ਹੁਣ ਇੱਦਾਂ ਸਾਡਾ ਰਿਕਾਰਡ ਚੈੱਕ ਕਰ ਲਿਓ ਜੀ, ਆਪਾਂ ਵੀ ਸਾਫ਼ ਹੈ ਵੀ ਕੋਈ ਨੀ। ਉਹ ਮੁੰਡੇ ਪਹਿਲਾਂ ਵੀ ਕਈ ਪਰਚੇ ਚੱਲਦੇ ਜੀ ਇੱਦਾਂ, ਉਹ ਤਾਂ ਜੀ 7-8 ਜਣੇ ਦੇ, 7-8 ਦਿਨ ਸਾਰੇ ਸਾਡੇ ਵੱਲੋਂ ਪਏ। ਲੜਾਈ ਦਾ ਕਾਰਨ ਬਹਿਸ ਵਧਾਈ ਫੋਨ ਪਰੇ ਹੁੰਦੇ ਸੀ, ਅਸੀਂ ਤਾਂ ਫੋਨ ਲਗੇ ਵੀ ਛੱਡੋ ਗੱਲ ਵੀ ਕਿਹਾ ਜਾਂਦੀ ਵੀ ਛੋਟੇ ਬੱਚੇ ਦੀ ਲੜਾਈ। ਹਾਂ ਵੈਦ ਦੇ ਨਾਲ ਦੇ ਹੁੰਦੇ ਨੇ ਇੱਦਾਂ ਹੀ ਵੀ ਯਾਰ ਦੋਸਤ, ਉਹਦੀ ਲੜਾਈ ਸੀਗੀ ਅਸੀਂ ਤਾਂ ਵੀ ਉੱਦਾਂ ਚੱਲੇ ਅਪਰੈਂਟਿਸ ਚੱਲੇ ਵੀ ਤੇ ਉਹ ਸਾਡੇ ਨਾਲ ਦੇ ਮੁੰਡੇ ਵੀ ਜਿਹੜੇ ਮੇਰੇ ਦੋਸਤ ਦੇ ਉਹ ਸਾਡੇ ਮਗਰ ਪੈ ਗਏ, ਉਹ ਸਾਨੂੰ ਦੇਖ ਕੇ ਅਸੀਂ ਆਪਣਾ ਬਚਾ ਕੀਤਾ। ਅੱਜ ਫੋਨ ਕੀ ਫੋਨ ਆਉਂਦੇ ਫੋਨ ਹੁੰਦੇ ਹੀ ਆਏ ਵੀ ਮੈਂ ਰਿਪੋਰਟ ਚੈੱਕ ਕਰ ਲਿਓ ਵੀ ਇੱਥੇ ਨਵਾਜ ਇੱਦਾਂ ਆਇਓ, ਅਸੀਂ ਫਿਰ ਉੱਥੇ ਗੱਲ ਮੁਕਾਣ ਕੇ ਵੀ ਉਹ ਸਿੱਧੇ ਆਏ ਖੈਰ ਨਾਲੇ ਉਹ ਨਹੀਂ ਕੀਤਾ ਜੀ, ਸਾਨੂੰ ਇਹ ਨਹੀਂ ਪਤਾ ਲੱਗਾ ਸਾਡਾ ਬਚਾਅ ਹੋ ਗਿਆ। ਆਪਣਾ ਬਭੋਰ ਸਾਹਿਬ ਦੋ ਗੁੱਟਾਂ ਦੇ ਵਿਚਕਾਰ ਲੜਾਈ ਹੋਈ ਸੀ, ਇਹਦੇ 3 ਨੌਜਵਾਨ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਦੋਵਾਂ ਨੂੰ PGI ਰੈਫਰ ਕਰ ਦਿੱਤਾ ਹੈ ਤੇ ਇੱਕ ਇੱਥੇ ਹੀ ਐਡਮਿਟ ਹੈ ਆਪਣਾ ਨੰਗਾ ਹਸਪੀਟਲ। ਸਰ ਦੱਸਿਆ ਜਾ ਰਿਹਾ ਕੋਈ ਫਾਇਰ ਵੀ ਹੋਇਆ, 3 ਹਵਾਈ ਫਾਇਰ ਵੀ ਕੀਤੇ ਗਏ ਆ ਇਹਨਾਂ ਜੋ ਲੜੇ ਆ ਅੱਜ?
ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ, ਅਸੀਂ ਮੌਕੇ ਤੇ ਜਾ ਕੇ ਸਾਰਾ ਚੈੱਕ ਕੀਤਾ ਆ, ਕੋਈ ਉੱਥੇ ਸਾਨੂੰ ਖੋਲ ਨਹੀਂ ਮਿਲਿਆ, ਬਾਕੀ ਪੁੱਛ ਪੜਤਾਲ ਵੀ ਕੀਤੀ, ਉਹ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ। ਜਾਂਚ ਵਗੈਰਾ ਹੁਣ ਚੱਲ ਰਹੀ ਹੈ ਹਲੇ? ਹਾਂ, ਜਾਂਚ ਬਰੀਕੀ ਨਾਲ ਹੋ ਰਹੀ ਹੈ ਜੀ, ਬਿਆਨ ਲਿਖ ਲਏ ਨੇ, ਬਾਕੀ ਆਪਾਂ ਕਾਨੂੰਨੀ ਕਾਰਵਾਈ ਕਰ ਦਾਂਗੇ। ਹੁੱਲੜਬਾਜ਼ਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਹੁੱਲੜਬਾਜ਼ਾਂ ਨੂੰ ਇਹੀ ਮੈਸੇਜ ਹੈ ਕਿ ਹੁਣ ਹੁੱਲੜਬਾਜ਼ੀ ਛੱਡ ਦਿਓ, ਨਹੀਂ ਤਾਂ ਫਿਰ ਪੁਲਿਸ ਸਖ਼ਤ ਕਾਰਵਾਈ ਕਰੂਗੀ।